ਅਗਰ ਇਹ ਸਿੱਖ ਨਾ ਹੁੰਦਾ ਤਾਂ 1971 ਦੀ ਭਾਰਤ-ਪਾਕਿਸਤਾਨ ਦੀ جنگ ਦਾ ਨਤੀਜਾ ਕੁਝ ਹੋਰ ਹੁੰਦਾ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਹਵਾ ਦੇ ਵਿੱਚ ਮਾਰ ਸੁੱਟਣ ਵਾਲਾ ਜਿਸ ਦੀ ਤਾਰੀਫ਼ ਸਿਰਫ ਅਸੀਂ ਨਹੀਂ ਕਰ ਰਹੇ ਪਾਕਿਸਤਾਨੀ ਫੌਜ ਦੇ ਕਮਾਂਡਰ ਨੇ ਵੀ ਆਪਣੀ ਕਿਤਾਬ ਲਿਖ ਕੇ ਉਸ ਦੀ ਤਾਰੀਫ਼ ਕੀਤੀ ਹੈ ਉਸ ਸਿੱਖ ਦਾ ਨਾਮ ਹੈ ਨਿਰਮਲਜੀਤ ਸਿੰਘ ਸਿੱਖੋ ਤੁਹਾਨੂੰ ਅੱਜ ਮਿਲਵਾਵਾਂਗੇ ਇੱਕ ਅਜਿਹੇ ਜਾਂਬਾਜ਼ ਸਿੱਖ ਫੌਜੀ ਦੇ ਨਾਲ ਸਿੱਖ ਅਫਸਰ ਦੇ ਨਾਲ ਜਿਸ ਨੇ 1971 ਦੀ ਜੰਗ ਦਾ ਰੁਖ ਬਦਲ ਦਿੱਤਾ ਸੀ ਇਸ ਦਾ ਪਿਤਾ ਵੀ ਭਾਰਤੀ ਵਾਯੂ ਸੈਨਾ ਦੇ ਵਿੱਚ ਸੀ ਔਰ ਇੱਕ ਖਾਸ ਗੱਲ ਕਿ ਨਿਰਮਲਜੀਤ ਸਿੰਘ ਸੇਖੋ ਭਾਰਤੀ ਵਾਯੂ ਸੈਨਾ ਦਾ ਉਹ ਅਫਸਰ ਜਿਸ ਨੂੰ ਪਰਮ ਵੀਰ ਚੱਕਰ ਪ੍ਰਾਪਤ ਹੋਇਆ ਇਕਲੋਤਾ ਪਰਮ ਵੀਰ ਚੱਕਰ ਪ੍ਰਾਪਤ ਨਿਰਮਲਜੀਤ ਸਿੰਘ ਸੇਖੋ ਆਓ ਸ਼ੁਰੂ ਕਰਦੇ ਹਾਂ ਨਿਰਮਲਜੀਤ ਸਿੰਘ ਸੇਖੋ ਦੀ ਬਹਾਦਰੀ ਦੀ ਕਹਾਣੀ ਭਾਰਤ ਪਾਕਿਸਤਾਨ ਦੀ 1971 ਦੀ جنگ ਦੇ ਰੁਖ ਨੂੰ ਪਲਟਣ ਵਾਲਾ ਸਿੱਖ 16 ਦਸੰਬਰ 1971 ਨੂੰ ਭਾਰਤੀ ਸੈਨਿਕਾਂ ਨੇ ਆਪਣੀ ਹਿੰਮਤ ਦੇ ਨਾਲ ਜਿਸ جنگ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ ਉਸ جنگ ਦਾ ਅਸਲ ਹੀਰੋ ਨਿਰਮਲਜੀਤ ਸਿੰਘ ਸੇਖੋਂ ਸੀ ਜਿਸਦੇ ਬਾਰੇ ਨਾ ਸਾਨੂੰ ਕਦੀ ਪੜਾਇਆ ਗਿਆ ਨਾ ਕਦੀ ਦੱਸਿਆ ਗਿਆ ਲੋੜ ਹੈ ਆਪਣੇ ਬੱਚਿਆਂ ਨੂੰ ਇਹ ਵਟਮੁੱਲਾ ਇਤਿਹਾਸ ਦੱਸਣ ਦੀ ਇੱਕੋ ਇੱਕ ਅਜੇਹਾ ਭਾਰਤੀ ਸਿਪਾਹੀ ਵਾਯੂ ਸੈਨਾ ਦਾ ਇੱਕ ਅਜੇਹਾ ਕਮਾਂਡਰ ਨਿਰਮਲਜੀਤ ਸਿੰਘ ਸੇਖੋਂ ਜਿਸ ਨੂੰ ਗੈਲੈਂਟਰੀ ਅਵਾਰਡ ਪਰਮਵੀਰ ਚੱਕਰ ਅਵਾਰਡ ਜਿਹੜਾ ਉਹ ਮਿਲਿਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸਵਾਲ ਦਾਖਾ ਵਿੱਚ 17 ਜੁਲਾਈ 1973 ਨੂੰ ਜਨਮੇ ਨਿਰਮਲਜੀਤ ਸਿੰਘ ਸੇਖੋਂ ਦੇ ਜਿਹੜੇ ਪਿਤਾ ਸੀ ਨਾ ਉਹ ਵੀ ਭਾਰਤੀ ਹਵਾਈ ਸੈਨਾ ਦੇ ਵਿੱਚ ਲੈਫਟਿਨੈਂਟ ਸਨ ਨਿਰਮਲਜੀਤ ਸਿੰਘ ਸੇਖੋ ਨੇ ਆਪਣੇ ਪਿਤਾ ਨੂੰ ਜਦੋਂ ਇੱਕ ਫੌਜੀ ਦੀ ਯੂਨੀਫਾਰਮ ਦੇ ਵਿੱਚ ਦੇਖਿਆ ਲੜਾਕੂ ਜਹਾਜ਼ ਚਲਾਉਂਦਿਆਂ ਹੋਇਆਂ ਦੇਖਿਆ ਤਾਂ ਉਸਦੇ ਮਨ ਦੇ ਵਿੱਚ ਵੀ ਇੱਕ ਸੁਪਨਾ ਇੱਕ ਵਲਵਲਾ ਉੱਠਿਆ ਕਿ ਮੈਂ ਵੀ ਇਹ ਜਹਾਜ਼ ਚਲਾਉਣਾ ਹੈ ਮੈਂ ਵੀ ਇਹ ਯੂਨੀਫਾਰਮ ਪਾਉਣੀ ਹੈ ਆਪਣੇ ਇਸ ਸੁਪਨੇ ਦੇ ਨਾਲ ਵੱਡਾ ਹੋਇਆ ਕਰਨਲ ਨਿਰਮਲਜੀਤ ਸਿੰਘ ਸੇਖੋ ਬਣਿਆ ਭਾਰਤੀ ਵਾਯੂ ਸੈਨਾ ਦਾ ਉਹ ਜਰਨੈਲ ਜਿਸ ਨੇ 1971 ਦੀ جنگ ਦਾ ਰੁਖੇ ਬਦਲ ਦਿੱਤਾ ਸੀ 1971 ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਭੰਗਰ ਜੰਗ ਛਿੜੀ ਇਹ ਜੰਗ ਜਿਹੜੀ ਹੈ ਪਾਕਿਸਤਾਨੀ ਹਵਾਈ ਸੈਨਾ ਨੇ ਉੱਪਰ ਆਸਮਾਨ ਦੇ ਵਿੱਚੋਂ ਹੀ ਭਾਰਤੀ ਜਿਹੜੇ ਸਿਪਾਹੀ ਸਨ ਜਾਂ ਭਾਰਤ ਦੇ ਜਿਹੜੇ ਲੋਕ ਸਨ ਨਾਗਰਿਕ ਸਨ ਉਹਨਾਂ ਨੂੰ ਖਤਮ ਕਰਨ ਦਾ ਮਨਸੂਬਾ ਬਣਾਇਆ ਅੰਮ੍ਰਿਤਸਰ ਪਠਾਨਕੋਟ ਅਤੇ ਸ਼੍ਰੀਨਗਰ ਕੈਂਪਾ ਦੇ ਉੱਤੇ ਉਹਨਾਂ ਨੇ ਜ਼ਬਰਦਸਤ ਹਮਲਾ ਕੀਤਾ ਉਸ ਸਮੇਂ ਸ਼ਰੀਨਗਰ ਵਿੱਚ ਸੈਖੋ 18ਵੀਂ स्क्वाडਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਔਰ ਉਹਨਾਂ ਦੇ ਨਾਲ ਉਸ ਵੇਲੇ ਆਫੀਸਰ ਸਨ ਉਹਨਾਂ ਦੇ ਸੀਨੀਅਰ ਹੁਮਨ ਜਿਨ੍ਹਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਮੋਹਿਮ ਨੂੰ ਸਫਲ ਬਣਾਇਆ 14 ਦਸੰਬਰ ਦੀ ਸਵੇਰ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਵਿੰਗ ਕਮਾਂਡਰ ਚੰਗੇਜੀ ਆਪਣੀ ਫਲਾਈਟ ਲੈਫਟਿਨੈਂਟ ਦੋਤਾਨੀ ਅੰਦਰਾਬੀ ਮੀਰ ਬੇਗ ਅਤੇ ਯੂਸਫ ਜੈ ਦੇ ਨਾਲ 6 F86 ਸਾਈਬਰ ਜੈਹਾਜਾਂ ਨਾਲ ਭਾਰਤਵਾਲ ਹਮਲਾ ਕਰਨ ਲਈ ਵਧਿਆ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੂੰ ਪਾਕਿਸਤਾਨ ਦੀ ਕੁਸਪੈਕ ਦਾ ਪਤਾ ਲੱਗਦਿਆਂ ਹੀ ਘੁੰਮਣ ਅਤੇ ਸੇਖੋ ਨੇ ਹਵਾਈ ਟ੍ਰੈਫਿਕ ਕੰਟਰੋਲ ਕੋਲੋਂ ਲਾਕੂ ਜਹਾਜ਼ ਉਡਾਉਣ ਦੀ ਜ਼ਿੰਮੇਵਾਰੀ ਮੰਗੀ ਉਹਨਾਂ ਨੇ ਪਰਮਿਸ਼ਨ ਮੰਗੀ ਕਿ ਅਸੀਂ ਆਪਣੇ ਜਿਹੜੇ ਲਾਕੂ ਜਹਾਜ਼ ਨੇ ਹੁਣ ਇਹਨਾਂ ਨੂੰ ਅਸੀਂ ਉਡਾਉਣਾ ਚਾਹੁੰਦੇ ਹਾਂ ਉਹਨਾਂ ਦਾ ਹਵਾਈ ਸੈਨਾ ਕੰਟਰੋਲ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਉਸ ਸਮੇਂ ਕੋਈ ਹੋਰ ਚਾਰਾ ਨਾ ਦੇਖ ਦੋਵੇਂ ਬਸ ਦੋ ਜੋੜੀ ਬੰਬਾਂ ਨਾਲ ਲੜਾਕੂ ਜਹਾਜ਼ ਲੈ ਕੇ ਰਣਵੇਂ ਉੱਤੇ ਨਿਕਲ ਗਏ ਇਹ ਬੜੀ ਵੱਡੀ ਗੱਲ ਹੈ ਪਰਮਿਸ਼ਨ ਮਿਲੇ ਨਹੀਂ ਕੰਟੈਕਟ ਹੋ ਨਹੀਂ ਪਾਇਆ ਗੱਲਬਾਤ ਹੋ ਨਹੀਂ ਪਾਈ ਉਹਨਾਂ ਦੇ ਕੋਲ ਸਿਰਫ ਕੀ ਸੀ ਸਿਰਫ ਦੋ ਜੋੜੀ ਬੰਬ ਔਰ ਲੈ ਕੇ ਹਵਾਈ ਜਹਾਜ਼ ਲੜਾਕੂ ਜਹਾਜ਼ ਉਹ ਰਣਵੇਂ ਤੇ ਤੁਰੇ ਔਰ ਹਵਾਈ ਜਹਾਜ਼ ਨੂੰ ਹਵਾ ਦੇ ਵਿੱਚ ਉਹਨਾਂ ਨੇ ਉਡਾ ਦਿੱਤਾ ਇਸ ਗੱਲ ਨੂੰ ਸਮਝੀਏ ਕਿ ਕਿੰਨਾ ਰਿਸਕ ਲੈ ਕੇ ਉਹਨਾਂ ਨੇ ਇਸ ਕੰਮ ਨੂੰ ਇਸ ਮੁਹਿਮ ਨੂੰ ਅੱਗੇ ਵਧਾਇਆ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਜੇਕਰ ਅਸੀਂ ਹੁਣ ਇਸ ਤਰ੍ਹਾਂ ਬੈਠੇ ਰਹੇ ਤਾਂ ਜਿਹੜਾ ਦੁਸ਼ਮਣ ਹੈ ਉਹ ਉੱਤੋਂ ਦੀ ਹਵਾਈ ਹਮਲੇ ਕਰਕੇ ਸਾਡੇ ਸਾਰੇ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਨਿਸ਼ਕੋ ਨਾਬੂਤ ਕਰ ਦੇਗਾ ਬੜਾ ਜਾਨੀ ਤੇ مالی ਨੁਕਸਾਨ ਹੋਵੇਗਾ ਨਿਰਮਲਜੀਤ ਸਿੰਘ ਸੇਖੋਂ ਤੇ ਉਹਨਾਂ ਦੇ ਜਿਹੜੇ ਸਾਥੀ ਸਨ ਉਹਨਾਂ ਦੇ ਜਿਹੜੇ ਟ੍ਰੇਨਿੰਗ ਅਫਸਰ ਘੁਮਣ ਇਹਨਾਂ ਦੋਨਾਂ ਨੇ ਮਿਲ ਕੇ ਇਸ 1971 ਦੇ ਵੇਲੇ ਪਾਕਿਸਤਾਨ ਵੱਲੋਂ ਪਾਕਿਸਤਾਨ ਦੇ ਉਹਨਾਂ ਲੜਾਕੂ ਜਹਾਜ਼ਾਂ ਵੱਲੋਂ ਕੀਤੇ ਹਮਲੇ ਜਿਹੜੇ ਨੇ ਉਹ ਇਸ ਤਰ੍ਹਾਂ ناکਾਮ ਕੀਤੇ ਹੋਇਆ ਕਿ ਜਦੋਂ ਇਹ ਰਨਵੇ ਤੇ ਲੈ ਕੇ ਜਹਾਜ਼ ਥੁਰੇ ਸਿਰਫ ਦੋ ਜੋੜੀ ਬੰਬਾਂ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਆਉ ਤੁਹਾਨੂੰ ਦੱਸਦੇ ਆ ਨਿਰਮਲਜੀਤ ਸਿੰਘ ਸੇਖੋ ਨੇ ਉਡਾਨ ਪਰ ਦੇਈ ਪਿੱਛੇ ਆ ਰਹੇ 6 ਪਾਕਿਸਤਾਨੀ ਜਹਾਜ਼ ਵੇਖਲੇ ਸੇਖੋ ਨੇ ਪੂਜੀ ਪਲਾ ਵਿੱਚ ਦੋ ਪਾਕਿਸਤਾਨੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਪਾਕਿਸਤਾਨੀ ਹਵਾਈ ਸੈਨਾ ਵੱਲ ਜ਼ਿਆਦਾ ਜਹਾਜ਼ ਸਨ ਇਸ ਲਈ ਸੇਖੋ ਦਾ ਜਹਾਜ਼ ਜੰਮੂ ਕਸ਼ਮੀਰ ਦੇ ਬੜਗਾਮ ਵਿੱਚ ਤਬਾਹ ਹੋ ਗਿਆ ਸਿਰਫ 28 ਸਾਲ ਦੀ ਉਮਰ ਵਿੱਚ ਨਿਰਮਲਜੀਤ ਸਿੰਘ ਸੇਖੋ ਵੀਰਗਤੀ ਪ੍ਰਾਪਤ ਕਰ ਗਏ ਕੁਝ ਮਹੀਨਾ ਪਹਿਲਾਂ ਹੀ ਉਹਨਾਂ ਦਾ ਜਦ ਕੀ ਵਿਆਹ ਹੋਇਆ ਸੀ ਔਰ 28 ਸਾਲਾਂ ਦੀ ਸਿਰਫ ਉਮਰ 28 ਸਾਲਾਂ ਦੀ ਇਸ ਉਮਰ ਦੇ ਵਿੱਚ ਇਤਨਾ ਵੱਡਾ ਕੰਮ ਇਤਨਾ ਜਿਹੜਾ ਦਲੇਰੀ ਵਾਲਾ ਕੰਮ ਉਹ ਕਰ ਗਏ ਸ਼ਹੀਦ ਦਾ ਪਾਵੇਂ ਰੁਤਬਾ ਕਰ ਪਾ ਗਏ ਪਰ ਉਸ ਵੇਲੇ ਪਾਕਿਸਤਾਨੀ ਫੌਜ ਦਾ ਜੋ ਮਨਸੂਬਾ ਸੀ ਉਹਨਾਂ ਦੀ ਜਿਹੜੀ ਸੋਚ ਸੀ ਉਸਦੇ ਉੱਤੇ ਪਾਣੀ ਫੇਰ ਦਿੱਤਾ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਨੂੰ ਵੇਖਦੇ ਹੋਏ ਉਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਔਰ ਨਿਰਮਲਜੀਤ ਸਿੰਘ ਸੇਖੋਂ ਵਰਗੇ ਜਿਹੜੇ ਸੈਨਿਕ ਨੇ ਜਿਹੜੇ ਸਿਪਾਈ ਨੇ ਸਿੱਖ ਕੌਮ ਦੀ ਆਨ ਬਾਨ ਸ਼ਾਨ ਨੇ ਜਿਨ੍ਹਾਂ ਨੇ ਸਿੱਖੀ ਦੇ ਝੰਡੇ ਨੂੰ ਬੁਲੰਦ ਕੀਤਾ ਔਰ ਨਾਲ ਆਪਣੇ ਭਾਰਤ ਦੇਸ਼ ਦੀ ਰਾਖੀ ਕੀਤੀ ਇਹਨਾਂ ਦਾ ਇਤਿਹਾਸ ਕਿਤਾਬਾਂ ਦੇ ਵਿੱਚ ਸਿਲੇਬਸ ਦੇ ਅੰਦਰ ਲਿਆਉਣ ਦੀ ਲੋੜ ਹੈ ਇਹੋ ਜੇ ਜਾਂਬਾਜ ਸਿਪਾਈ ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਆਪਣੇ ਤੇਜ ਤੇ ਆਪਣੀ ਧਰਤੀ ਦੇ ਉੱਤੇ ਆਪਣੇ ਧਰਮ ਦੇ ਵਿੱਚ ਜੀ ਰਹੇ ਹਾਂ ਸੌ ਰਹੇ ਹਾਂ ਖਾ ਰਹੇ ਹਾਂ ਪੀ ਰਹੇ ਹਾਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦਿਆਂ ਕਿ ਇਹ ਗੱਲਾਂ ਅਸੀਂ ਤੇ ਕਰ ਹੀ ਰਹੇ ਹਾਂ ਕਿਉਂਕਿ ਇਹ ਇੱਕ ਨਿਰਮਲਜੀਤ ਸਿੰਘ ਸਿੱਖੋਂ ਸਾਡੀ ਭਾਰਤੀ ਹਵਾਈ ਸੈਨਾ ਦਾ ਉਹ ਜਵਾਬਾਜ ਅਫਸਰ ਸੀ ਸਿੱਖ ਕੌਮ ਦੀ ਸ਼ਾਨ ਸੀ ਪਰ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸਦੇ ਹਾਂ ਇਹ ਜਿਹੜਾ ਪਾਕਿਸਤਾਨੀ ਫੌਜ ਦਾ ਰਿਟਾਇਰਡ ਹਵਾਈ ਕਮਾਂਡਰ ਉਹਦਾ ਨਾਮ ਸੀ ਕੈਜ਼ਰ ਤੁਫੈਲ ਉਸਨੇ ਜਦੋਂ ਕਿਤਾਬ ਲਿਖੀ ਨਾ ਉਸਨੇ ਆਪਣੀ ਉਸ ਕਿਤਾਬ ਦੇ ਵਿੱਚ ਦ ਗ੍ਰੇਟ 에ਅਰ ਬੈਟਲਸ ਆਫ ਪਾਕਿਸਤਾਨ ਦੇ ਵਿੱਚ ਇਹ ਲਿਖਿਆ ਕਿ ਨਿਰਮਲਜੀਤ ਸਿੰਘ ਸੇਖੋਂ ਕਰਕੇ ਇਹ ਸਾਡੀ 1971 ਦੀ ਜਿਹੜੀ ਯੋਜਨਾ ਸੀ ਜਿਹੜੀ ਮੁਹਿੰਮ ਸੀ ਜੋ ਸੀ ਹਵਾਈ ਸੈਨਾ ਰਾਹੀਂ ਭਾਰਤ ਉੱਤੇ ਹਮਲਾ ਕੀਤਾ ਸੀ ਉਹ ناکਾਮ ਹੋਈ ਇਹੋ ਜੇ ਬਹੁਤ ਸਾਰੇ ਕisse ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਸਿੱਖ ਫੈਕ ਚੈਨਲ ਤੇ ਤੁਸੀਂ ਦੇਖਦੇ ਰਹੋ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਆਪਣਾ ਪਿਆਰ ਦਿੰਦੇ ਰਹੋ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ